ਸਤਨਾਮ ਵਾਹਿਗੁਰੂ ਸਾਹਿਬ ਦੀਓ ਸੋਹਿਲਾ ਰਾਗ ਕੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਘਰ ਗਾਵਹੁ ਸੋਹਿਲਾ ਸਿਵਰਹੁ ਸਿਰਜਨਹਾਰੂ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਘਰ ਗਾਵੋ ਸੋਹਿਲਾ ਸਿਵਰਹੁ ਸਿਰਜਨਹਾਰੂ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੁਮਾਲੀਅਨ ਦੇਖੈ ਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਐ ਸਾਹਿਬ ਸਿਉਂ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇਹੇ ਅਮਨ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇਹੇ ਅਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਛਤਰ ਚਵਰ ਤਖਤ ਦੇ ਮਾਲਕ ਦਸ ਪਾਤਸ਼ਾਹੀਆਂ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਵਾਏ ਮਾਨ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ ਆਪ ਜੀ ਭਾਗਸ਼ਾਲੀ ਹੋ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਔਰ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਅੱਜ ਦੇ ਲੜੀਵਾਰ ਪ੍ਰਕਰਨ ਵਿੱਚ ਗੌੜੀ ਰਾਗ ਦੇ ਸ਼ਬਦ ਜਿਸਦਾ ਸਿਰਲੇਖ ਸੋਹਿਲਾ ਹੈ ਵਿਚਾਰ ਕੀਤੀ ਜਾਏਗੀ। ਇਹ ਸ਼ਬਦ ਜੋ ਅੱਗੇ ਆਉਣਗੇ ਇਸ ਨੂੰ ਸਿੱਖ ਜਗਤ ਵਿੱਚ ਇੱਕ ਵਿਸ਼ੇਸ਼ ਬਾਣੀ ਵਜੋਂ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਇਹਦਾ ਨਾਮ ਕੀਰਤਨ ਸੋਹਿਲਾ ਹੈ ਪਰ ਇਸ ਦਾ ਮੂਲ ਨਾਮ ਜੋ ਹੈਡਿੰਗ ਵਿੱਚ ਸਿਰਲੇਖ ਵਿੱਚ ਹੈ ਉਹ ਇਸ ਦਾ ਨਾਮ ਹੈ ਸੋਹਿਲਾ। ਸੋਹਿਲਾ ਦੇ ਅਰਥ ਹਨ ਗੀਤ। ਕਿਸੇ ਚੀਜ਼ ਨੂੰ ਜਦੋਂ ਗਾਇਆ ਜਾਏ ਉਸ ਨੂੰ ਸੋਹਿਲਾ ਕਿਹਾ ਜਾਂਦਾ ਹੈ। ਕਿਸੇ ਦੀ ਉਸਤਤ ਵਿੱਚ ਗਾਇਆ ਜਾਏ ਉਸਨੂੰ ਸੋਹਿਲਾ ਕਿਹਾ ਜਾਂਦਾ ਹੈ ਔਰ ਇਹ ਬਾਣੀ ਸਿੱਖ ਨੂੰ ਸੌਣ ਤੋਂ ਪਹਿਲਾਂ ਪੜ੍ਹਨ ਦਾ ਵਿਸ਼ੇਸ਼ ਹੁਕਮ ਹੈ ਕਿ ਉਹ ਆਪਣੇ ਆਸਣ 'ਤੇ ਜਦੋਂ ਸਾਰਾ ਕੁਝ ਕੰਮ ਨਿਬੇੜ ਕੇ ਆਰਾਮ ਕਰੇ ਅਤੇ ਆਰਾਮ ਕਰਨ ਤੋਂ ਪਹਿਲਾਂ ਆਪਣੇ ਆਸਣ 'ਤੇ ਚੰਗੀ ਤਰ੍ਹਾਂ ਪੰਜ ਇਸ਼ਨਾਨਾਂ ਕਰਕੇ ਸ਼ੁੱਧ ਹੋ ਕੇ ਇਸ ਬਾਣੀ ਨੂੰ ਪਿਆਰ ਨਾਲ ਪੜ੍ਹੇ
ਇਸ ਬਾਣੀ ਨੂੰ ਸਿੱਖ ਜਗਤ ਵਿੱਚ ਸੁਰੱਖਿਆ ਵਜੋਂ ਰੱਖਿਆ ਦੀ ਬਾਣੀ ਵੀ ਮੰਨਿਆ ਗਿਆ ਕਿ ਜੇ ਕੋਈ ਪਿਆਰ ਨਾਲ ਰਾਤ ਨੂੰ ਇਸ ਬਾਣੀ ਨੂੰ ਪੜ੍ਹ ਕੇ ਸੌਂਦਾ ਤੇ ਇਹ ਗੁਰੂ ਨਾਨਕ ਸਾਹਿਬ ਵੱਲੋਂ ਉਸ ਮਨੁੱਖ ਨਾਲ ਇੱਕ ਤਰ੍ਹਾਂ ਦਾ ਐਗਰੀਮੈਂਟ ਹੈ, ਸਮਝੌਤਾ ਹੈ ਕਿ ਸਤਿਗੁਰੂ ਕਹਿੰਦੇ ਰਾਤ ਸੁੱਤਿਆਂ ਹੋਇਆ ਮੈਂ ਉਹਦੀ ਹਰ ਪ੍ਰਕਾਰ ਨਾਲ ਉਹਨੂੰ ਸੁਰੱਖਿਆ ਦਿਆਂਗਾ, ਸਕਿਉਰਟੀ ਦਿਆਂਗਾ, ਰਾਖੀ ਕਰਾਂਗਾ। ਇਸ ਬਾਣੀ ਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਕਈ ਗੁਰਮੁਖ ਪਿਆਰੇ ਇਸ ਬਾਣੀ ਦੇ ਅੱਗੇ ਅਤੇ ਪਿੱਛੇ ਹੋਰ ਵੀ ਬਹੁਤ ਸਾਰੇ ਸ਼ਬਦ ਪੜ੍ਹਦੇ ਨੇ, ਕਿਉਂਕਿ ਇਹ ਬਾਣੀ ਦਿਨ ਅਤੇ ਰਾਤ ਦਾ ਜੋੜ ਪਾਉਂਦੀ ਹੈ, ਜਾਗਣ ਅਤੇ ਸੌਣ ਨਾਲ ਸੰਬੰਧਿਤ ਹੈ। ਇਹ ਉਸ ਵੇਲੇ ਪੜ੍ਹੀ ਜਾਂਦੀ ਹੈ ਜਦੋਂ ਮਨੁੱਖੀ ਮਨ ਸਰੀਰ ਨੂੰ ਤਿਆਗ ਕੇ ਆਰਾਮ ਦੀ ਦਸ਼ਾ ਵਿੱਚ ਜਾ ਰਿਹਾ। ਇਹਦੀ ਪੂਰੀ ਦੀ ਪੂਰੀ ਇਹ ਦੁਨੀਆ ਬਦਲਦੀ ਹੈ ਔਰ ਇੱਕ ਤਰ੍ਹਾਂ ਨਾਲ ਨੀਂਦ ਸਰੀਰ ਦੇ ਨਾਲੋਂ ਸਾਰੇ ਸੰਪਰਕ ਸੰਬੰਧ ਕੇਵਲ ਸਵਾਸ ਤੋਂ ਬਿਨਾਂ ਸਾਰੇ ਸੰਬੰਧ ਤੋੜ ਦਿੰਦੀ ਹੈ। ਔਰ ਇਹ ਬਾਣੀ ਜਿੱਥੇ ਰਾਤ ਨੂੰ ਸੌਣ ਦੀ ਸੁਰੱਖਿਆ ਦਿੰਦੀ ਹੈ ਔਰ ਚੰਗੀ ਨੀਂਦ ਵਾਸਤੇ ਇੱਕ ਖੇਤਰ ਤਿਆਰ ਕਰਦੀ ਹੈ ਮਨੁੱਖੀ ਸਰੀਰ ਵਿੱਚ, ਉਸਨੂੰ ਬੇਚਿੰਤ ਕਰਦੀ ਹੈ, ਬੇਪਰਵਾਹ ਕਰਦੀ ਹੈ, ਡਰਾਂ ਤੋਂ ਰਹਿਤ ਕਰਦੀ ਹੈ, ਉੱਥੇ ਸਾਰੇ ਦਿਨ ਦੇ ਜਿੰਨੇ ਸੰਕਲਪ ਅਤੇ ਵਿਕਲਪ ਹਨ ਇਹ ਬਾਣੀ ਪਾਣੀ ਬਣ ਕੇ ਉਹਨਾਂ ਨੂੰ ਮਨੁੱਖੀ ਦਿਮਾਗ ਵਿੱਚੋਂ ਵਾਸ਼ ਕਰਦੀ ਧੋਂਦੀ ਹੈ ਤਾਂ ਕਿ ਮਨ ਪੂਰੀ ਤਰ੍ਹਾਂ ਰਾਤ ਵਿਸ਼ਰਾਮ ਕਰ ਸਕੇ। ਫਿਰ ਇਸ ਬਾਣੀ ਦਾ ਸੰਬੰਧ ਸਵੇਰ ਨਾਲ ਵੀ ਹੈ, ਕਿਉਂਕਿ ਜਿੰਨੀ ਗਹਿਰਾਈ ਨਾਲ ਇਹ ਬਾਣੀ ਰਾਤ ਨੂੰ ਪੜ੍ਹੀ ਜਾਏਗੀ ਉਹਨਾਂ ਅੰਮ੍ਰਿਤ ਵੇਲਾ ਸ਼ੁੱਧ ਹੋਵੇਗਾ। ਜਿਵੇਂ ਦਹੀਂ ਜਮਾਉਣ ਲੱਗਿਆਂ ਜਿੰਨੀ ਇਤਿਆਤ ਵਰਤੀ ਜਾਏ ਉਹਨਾਂ ਅਗਲੇ ਦਿਨ ਉਸ ਵਿੱਚੋਂ ਘਿਓ ਚੰਗਾ ਨਿਕਲਦਾ ਹੈ। ਸ਼ਾਮ ਨੂੰ ਦਹੀਂ ਜਮਾਇਆ ਜਾਂਦਾ ਰਾਤ ਨੂੰ, ਜੇ ਉਸਦੇ ਜਮਾਉਣ ਵਿੱਚ ਪੂਰੀ ਤਰ੍ਹਾਂ ਖਿਆਲ ਰੱਖਿਆ ਜਾਏ, ਉਸਨੂੰ ਠੀਕ ਜਾਗ ਦਿੱਤੀ ਜਾਏ ਲੱਸੀ ਦੀ, ਉਹਨੂੰ ਠੰਡ ਅਤੇ ਗਰਮੀ ਦੇ ਠੀਕ ਤਾਪਮਾਨ ਵਿੱਚ ਰੱਖਿਆ ਜਾਏ ਤਾਂ ਉਹ ਇੱਕ ਵਧੀਆ ਦਹੀਂ ਬਣਦਾ ਹੈ ਅਤੇ ਉਹਦੇ ਵਿੱਚੋਂ ਚੰਗਾ ਮੱਖਣ ਅਤੇ ਦੁੱਧ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਇਸ ਬਾਣੀ ਨੂੰ ਜੇ ਕੋਈ ਪ੍ਰੇਮ ਨਾਲ ਸੌਣ ਤੋਂ ਪਹਿਲਾਂ ਪੂਰਨੀ ਸ਼ਰਧਾ ਦੇ ਨਾਲ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਪਿਆਰ ਸਹਿਤ ਪੜ੍ਹਦਾ ਹੈ ਅਤੇ ਮਨ ਵਿੱਚ ਸੰਕਲਪ ਕਰਦਾ, ਮਨ ਮੈਂ ਚਿਤਵੋ ਚਿਤਵਨੀ ਚਿਤਵਨੀ ਕਰਦਾ, ਅੰਦਰ ਚੇਤੇ ਕਰਦਾ ਚੰਗੀ ਤਰ੍ਹਾਂ, ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸਵੇਰ ਵਾਸਤੇ ਵੀ ਇਹਦੇ ਵਿੱਚ ਯਾਚਨਾ ਹੈ, ਅਰਦਾਸ ਹੈ, ਬੇਨਤੀ ਹੈ। ਤਾਂ ਇਹ ਬਾਣੀ ਇੱਕ ਬਹੁਤ ਵੱਡੀ ਨਿਆਮਤ ਹੈ ਸਿੱਖੀ ਵਿੱਚ। ਇੱਥੋਂ ਤੱਕ ਵੀ ਗੁਰਸਿੱਖ ਦੂਰ ਦੂਰ ਦੇਸ਼ਾਂ ਦੇ ਵਿੱਚ ਜਿੱਥੇ ਇਕੱਲੇ ਕਈ ਪ੍ਰਕਾਰ ਦੀਆਂ ਸੇਵਾਵਾਂ ਕਰਨ ਵਾਸਤੇ ਵਿਚਰਦੇ ਸਨ, ਪੰਥਕ ਸੇਵਾਵਾਂ, ਵੱਡੇ ਵੱਡੇ ਕਾਰਜ ਜਿਹਦੇ ਵਿੱਚ ਉਹ ਇਕੱਲੇ ਹੁੰਦੇ ਸਨ, ਉਹਨਾਂ ਨੇ ਬਹੁਤ ਸਾਰੇ ਵੱਡੇ ਵਿਰੋਧੀਆਂ ਦੇ ਵਿੱਚ ਕੋਈ ਕੰਮ ਕਰਨਾ ਹੁੰਦਾ ਸੀ ਅਤੇ ਇਸ ਬਾਣੀ ਨੂੰ ਪੜ੍ਹ ਕੇ ਉਹ ਹਰ ਪ੍ਰਕਾਰ ਦੇ ਕਾਰਜ ਵਿੱਚ ਆਪਣੇ ਆਲੇ ਦੁਆਲੇ ਇੱਕ ਸੁਰੱਖਿਆ ਦਾ ਘੇਰਾ, ਇੱਕ ਕਿਲ੍ਹਾ ਤਿਆਰ ਕਰਦੇ ਸਨ। ਜਿਵੇਂ ਕਿ ਇਹਦੇ ਨਾਲ ਇਹ ਵੀ ਸ਼ਬਦ ਪੜ੍ਹਿਆ ਜਾਂਦਾ, ਤਾਤੀ ਵਾਹੁ ਨਾ ਲੱਗੀ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲਗਾ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ ਏਕਾ ਲਿਵਲਾਈ, ਰਾਖ ਲਈ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ, ਕਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ। ਪਰ ਇਹ ਸਾਰੀਆਂ ਚੀਜ਼ਾਂ ਤਾਂ ਵਾਪਰਦੀਆਂ ਨੇ ਜੇ ਮਨੁੱਖੀ ਮਨ ਇਹਦੇ ਵਿੱਚ ਗਹਿਰਾ ਵਿਸ਼ਵਾਸ ਰੱਖਦਾ ਹੋਵੇ, ਜੇ ਉਹਦੇ ਮਨ ਦੇ ਵਿੱਚ ਪੂਰੀ ਪ੍ਰਤੀਤ ਹੋਵੇ, ਸਿਦਕ ਹੋਵੇ, ਆਪਣੇ ਗੁਰੂ 'ਤੇ ਭਰੋਸਾ ਹੈ,
ਉਹ ਜਾਣਦਾ ਹੋਵੇ ਕਿ ਮੇਰਾ ਗੁਰੂ ਬਹੁਤ ਸਮਰੱਥ ਹੈ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ, ਗੁਰੂ ਨਾਨਕ ਦੇਵ ਜੀ ਨਾਲ ਸੰਬੰਧ ਜੋੜਨ ਵਾਸਤੇ ਇੱਕੋ ਹੀ ਸਾਧਨ ਕੰਮ ਦੇ ਸਕਦਾ ਹੈ ਕਿ ਸਿੱਖ ਨੂੰ ਇਹ ਜਾਣਨਾ ਹੀ ਹੋਵੇਗਾ, ਇਹ ਮੰਨਣਾ ਹੋਵੇਗਾ ਕਿ ਇਸ ਜਗਤ ਵਿੱਚ ਉਹਦੇ ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਇੰਨੀ ਸਮਰੱਥਾ ਹੋਰ ਕਿਸੇ ਕੋਲ ਨਹੀਂ, ਉਹ ਸਭ ਤੋਂ ਸਮਰੱਥ ਹੈ। ਔਰ ਇਸ ਵਿਚਾਰ ਨੂੰ ਗਹਿਰੇ ਵਿੱਚ ਪਰਪੱਕ ਕਰਨਾ ਹੁੰਦਾ ਹੈ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਦਸ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਜੋਤ ਸਰੂਪ, ਸ਼ਬਦ ਸਰੂਪ, ਇਹ ਸਭ ਤੋਂ ਵੱਡੇ ਅਤੇ ਸਮਰੱਥ ਨੇ। ਅਸੀਂ ਤਾਂ ਵਿਆਕਰਣ ਵਿੱਚ ਫਸ ਕੇ ਗੁਰੂਆਂ ਨੂੰ ਵੀ ਬਾਈਪਾਸ ਕਰਨ ਦਾ ਯਤਨ ਕਰ ਰਹੇ ਹਾਂ। ਕਹਿੰਦੇ ਇਸ ਤਰ੍ਹਾਂ ਪੜ੍ਹੋ, ਸਭ ਤੋਂ ਵੱਡਾ ਸਤਿਗੁਰ ਨਾਨਕ ਨਹੀਂ ਕਹਿਣਾ ਨਾਲ, ਕਿਉਂ? ਕਿਉਂਕਿ ਉਹਨਾਂ ਵਾਸਤੇ ਨਾਨਕ ਇੱਕ ਵਿਅਕਤੀ ਹੈ, ਗੁਰੂ ਨਹੀਂ। ਉਹ ਕਹਿੰਦੇ ਸਤਿਗੁਰ ਹੈ, ਅਤੇ ਸਤਿਗੁਰ ਕੌਣ ਹੈ? ਗੁਰੂ ਨਾਨਕ ਦੇਵ ਮਹਾਰਾਜ। ਗੁਰੂ ਨੂੰ ਸਾਈਡ 'ਤੇ ਰੱਖ ਰਹੇ ਹਾਂ, ਫਿਰ ਸਤਿਗੁਰੂ ਕਿਹਨੂੰ ਕਹਿੰਦੇ? ਸਤਿਗੁਰੂ ਨਾਨਕ ਕੇਵਲ ਸਰੀਰ ਤੱਕ ਸੀਮਤ ਨੇ, ਉਹ ਤੇ ਸ਼ਬਦ ਦਾ ਸਰੂਪ ਹਨ। ਔਰ ਇਸ ਕਰਕੇ ਸਤਿਗੁਰੂ ਨਾਨਕ ਦਸ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਇੱਕੋ ਹੀ ਜੋਤ ਹੈ, ਇੱਕੋ ਸਰੂਪ ਹੈ। ਔਰ ਉਹਨਾਂ ਵਿੱਚੋਂ ਕਿਸੇ ਵੀ ਸਤਿਗੁਰੂ ਨੂੰ ਅਸੀਂ ਪਾਸ ਕਰਕੇ ਗੁਰੂ ਸ਼ਬਦ ਨਹੀਂ ਵਰਤ ਸਕਦੇ। ਗੁਰੂ ਨਾਨਕ ਕਹੀਏ, ਦਸ ਪਾਤਸ਼ਾਹੀਆਂ 'ਚੋਂ ਕਿਸੇ ਗੁਰੂ ਦਾ ਨਾਮ ਲਈਏ, ਗੁਰੂ ਗ੍ਰੰਥ ਸਾਹਿਬ ਦਾ ਨਾਮ ਲਈਏ, ਇਹ ਸਿਰਫ ਇੰਨਾ ਕੁ ਫਰਕ ਹੈ ਕਿ ਕਿਸੇ ਵਿਅਕਤੀ ਦਾ ਬਚਪਨ ਦਾ ਨਾਮ ਮਾਂ ਨੇ ਹੋਰ ਰੱਖਿਆ ਸੀ, ਪਿਤਾ ਉਸ ਨੂੰ ਪਿਆਰ ਨਾਲ ਹੋਰ ਨਾਮ ਨਾਲ ਪੁਕਾਰਦਾ ਸੀ, ਟੀਚਰ ਉਸ ਨੂੰ ਹੋਰ ਨਾਂ ਦਿੰਦਾ ਹੈ, ਕਿੰਨੇ ਨਾਮ ਨੇ ਇੱਕੋ ਵਿਅਕਤੀ। ਇਸ ਤਰ੍ਹਾਂ ਦਸ ਪਾਤਸ਼ਾਹੀਆਂ ਦੇ ਅੱਖਰ ਭੇਦ ਨਾਮ ਹੀ ਵੱਖਰੇ ਨੇ, ਅਸਲ ਵਿੱਚ ਸ਼ਖਸੀਅਤ ਤਾਂ ਇੱਕੋ ਹੀ ਹੈ, ਇੱਕੋ ਹੀ ਸਰੂਪ ਹੈ, ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਗੁਰੂ ਇੱਕ ਹੈ, ਨਾਮ ਵੱਖਰੇ ਵੱਖਰੇ ਉੱਪਰੋਂ ਦਿੱਤੇ ਗਏ। ਇਸ ਕਰਕੇ ਸਭ ਤੋਂ ਪਹਿਲਾਂ ਸ਼ਾਇਦ ਅਸੀਂ ਸਟੇਜ ਤੋਂ ਬੋਲਣ ਵਾਲੇ ਵੀ ਇਸ ਕਾਰਜ ਵਿੱਚ ਸਫਲ ਨਹੀਂ ਹੋ ਸਕੇ ਕਿ ਸਿੱਖ ਮਾਈਂਡ ਨੂੰ ਇੱਕ ਸਿੱਧੇ ਬਿੰਦੂ 'ਤੇ ਜੋੜ ਦਿੱਤਾ ਜਾਏ। ਬਹੁਤ ਸਾਰੇ ਅਜੇ ਵੀ ਜੰਗਿਆਸੂ ਮਿਲਦੇ ਨੇ ਜਿਹੜੇ 20-20 ਸਾਲ ਤੋਂ ਨਿਤਨੇਮ ਕਰ ਰਹੇ ਨੇ, ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕਰੀਏ ਕਿ ਗੁਰੂ ਅਰਜਨ ਦੇਵ ਜੀ ਦੇ ਅੱਗੇ, ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ, ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਇਹਦਾ ਭਾਵ ਕੀ ਹੈ? ਇਹਦਾ ਭਾਵ ਹੈ ਅਸੀਂ ਘੰਟਿਆਂ ਬੱਧੀ ਲੱਖਾਂ ਘੰਟੇ ਇਹਨਾਂ ਸਟੇਜਾਂ ਤੋਂ ਬੋਲ ਦਿੱਤੇ ਪਰ ਮੂਲ ਤੱਤ ਨੂੰ ਕਲੀਅਰ ਨਹੀਂ ਕਰ ਸਕੇ। ਸਿੱਖ ਸੰਗਤ ਵਿੱਚ ਵੀ ਕਿਹਦੇ ਅੱਗੇ ਤੁਸੀਂ ਅਰਦਾਸ ਕਰਨੀ? ਉਹ ਇੱਕੋ ਹੀ ਸਰੂਪ ਹੈ, ਸ਼ਬਦ ਸਰੂਪ ਹੈ, ਅਤੇ ਸ਼ਬਦ ਵਿੱਚ ਤਾਕਤ, ਅਤੇ ਉਹ ਦੇਹਾਂ ਵੀ ਬਣ ਸਕਦਾ ਅਤੇ ਉਹ ਨਿਰਾਕਾਰ ਵੀ ਹੈ, ਨਿਰਗੁਣ ਸਰਗੁਣ ਨਿਰੰਕਾਰ, ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ, ਤੀਨ ਰੂਪ ਹੈ ਮੋਹਿ ਕੇ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਗੁਰੂ ਚਾਹੇ ਗੁਰੂ ਦੇ ਪ੍ਰਤੱਖ ਰੂਪ ਦਰਸ਼ਨ ਵੀ, ਗੁਰੂ ਚਾਹੇ ਉਹਦਾ ਸਦਾਕਾਰੀ ਦਰਸ਼ਨ ਵੀ, ਗੁਰੂ ਸ਼ਬਦ ਦੇ ਰੂਪ ਵਿੱਚ ਵੀ ਦਰਸ਼ਨ ਹੈ। ਇਸ ਤਰ੍ਹਾਂ ਜਿਵੇਂ ਜਿਵੇਂ ਦੀ ਸਾਡੀ ਬਿਰਤੀ ਬਣਦੀ ਹੈ, ਦਰਸ਼ਨ ਉਸ ਤਰ੍ਹਾਂ ਦਾ ਹੋ ਜਾਂਦਾ ਹੈ, ਜਿਵੇਂ ਜਿਵੇਂ ਅਸੀਂ ਚਾਹੁੰਦੇ ਹਾਂ, ਜਿਵੇਂ ਜਿਵੇਂ ਵੇਖਣਾ ਚਾਹੁੰਦੇ ਹਾਂ, ਜਿੰਨੀ ਕੁ ਸਾਡੇ ਕੋਲ ਅੱਖ ਹੈ, ਜਿੰਨੀ ਕੁ ਦਾਤ ਵਾਸਤੇ ਅਸੀਂ ਤਿਆਰ ਹਾਂ, ਜਿੰਨਾ ਕੁ ਸਾਡਾ ਭਾਂਡਾ ਹੈ, ਜੋ ਕੁਝ ਅਸੀਂ ਪਹੁੰਚਾ ਸਕਦੇ ਹਾਂ, ਗੁਰੂ ਕੋਲ ਸਾਰੇ ਸਰੂਪ ਨੇ। ਸਹਿਸ ਤਵ ਨੈਣ, ਇਸੇ ਬਾਣੀ ਵਿੱਚ ਸ਼ਬਦ ਆਏਗਾ, ਤੇਰੀਆਂ ਹਜ਼ਾਰਾਂ ਅੱਖਾਂ, ਤੇਰੇ ਹਜ਼ਾਰਾਂ ਕੰਨ, ਤੇਰੇ ਹਜ਼ਾਰਾਂ ਮੂਰਤਾਂ। ਪਰ ਜਿੰਨਾ ਚਿਰ ਸਾਡਾ ਭਾਂਡਾ ਤਿਆਰ ਨਹੀਂ ਹੁੰਦਾ, ਉਹਨਾਂ ਚਿਰ ਗੁਰੂ ਕੀ ਕਰੇ, ਉਹਨਾਂ ਚਿਰ ਸਾਨੂੰ ਕਿਸ ਰੂਪ ਵਿੱਚ ਮਿਲੇ। ਇਸ ਕਰਕੇ ਸਭ ਤੋਂ ਸਰਲ ਅਤੇ ਸਿੱਧਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ।
ਵਾਹਿਗੁਰੂ ਇਹਦਾ ਮਤਲਬ ਸੀ ਇੱਥੋਂ ਸ਼ੁਰੂ ਕਰ, ਅੱਗੇ ਤੈਨੂੰ ਉਹਦੀਆਂ ਹਜ਼ਾਰਾਂ ਹੀ ਅਵਸਥਾਵਾਂ ਦੇ ਸੰਬੰਧ ਵਿੱਚ ਸਮਝ ਆਉਣੀ ਸ਼ੁਰੂ ਹੋ ਜਾਏਗੀ। ਤਾਂ ਇਹ ਸੋਹਿਲਾ ਬਾਣੀ ਦਾ ਮੂਲ ਭਾਵ ਆਪ ਜੀ ਨਾਲ ਸਾਂਝਾ ਕੀਤਾ ਕਿ ਇਸ ਬਾਣੀ ਦੇ ਵਿੱਚ ਕੀ ਵਿਸ਼ੇਸ਼ਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਬਚਨ ਕਹਿ ਰਹੇ ਨੇ, ਜੈ ਘਰ ਕੀਰਤ ਆਖੀ ਹੈ। ਜੈ ਘਰ, ਜੈ ਦਾ ਅਰਥ ਹੈ ਜਿਹੜੇ, ਘਰ ਦਾ ਅਰਥ ਹੈ ਸਰੀਰ। ਜਿਹੜੇ ਸਰੀਰ ਵਿੱਚ ਇਹਦੇ ਅੱਖਰੀ ਭਾਵ ਅਰਥ ਇਹ ਹਨ, ਜਿਹੜੇ ਸਰੀਰ ਰੂਪੀ ਘਰ ਦੇ ਅੰਦਰ, ਜਿਹੜੇ ਸਰੀਰ ਰੂਪੀ ਮੰਦਰ ਵਿੱਚ ਕੀਰਤ ਆਖੀ ਹੈ, ਪਰਮਾਤਮਾ ਦੀ ਉਸਤਤ ਦਾ ਗੀਤ ਚੱਲਦਾ ਹੈ, ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ। ਔਰ ਇਕੱਲੀ ਉਸਤਤ ਨਹੀਂ, ਕਹਿੰਦੇ ਕਰਤੇ ਕਾ ਹੋਏ ਵਿਚਾਰੋ, ਉਹਦੇ ਵਿਚਾਰ ਵੀ ਨਾਲ ਚੱਲਦੀ ਹੈ। ਦੋ ਚੀਜ਼ਾਂ ਦੀ ਵਰਤੋਂ ਕੀਤੀ ਸੱਚੇ ਪਾਤਸ਼ਾਹ ਜੀ ਨੇ, ਵਡਿਆਈ ਦੀ ਅਤੇ ਵਿਚਾਰ ਦੀ। ਵਿਚਾਰ ਬੁੱਧੀ ਕਰਦੀ, ਵਡਿਆਈ ਦਿਲ ਕਰਦਾ, ਹਿਰਦਾ ਕਰਦਾ। ਹਿਰਦੇ ਤੋਂ ਬਿਨਾਂ ਵਡਿਆਈ ਨਹੀਂ ਹੋ ਸਕੇਗੀ। ਜਿਹੜਾ ਆਦਮੀ ਬੁੱਧੀ ਦੇ ਤਲ 'ਤੇ ਜਿਉਂਦਾ ਉਹ ਵਡਿਆਈ ਨਹੀਂ ਕਰ ਸਕੇਗਾ, ਜਿਹੜਾ ਹਿਰਦੇ ਦੇ ਤਲ 'ਤੇ ਜਿਉਂਦਾ ਉਹ ਵਿਚਾਰ ਨਹੀਂ ਕਰ ਸਕਦਾ। ਦੋਵੇਂ ਜ਼ਰੂਰੀ ਨੇ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਅਸੀਂ ਕਿਹੜੀ ਚੀਜ਼ ਲਈ ਹੈ ਜੀਵਨ ਦੇ ਵਿੱਚ? ਜਪਜੀ ਸਾਹਿਬ ਪੜ੍ਹਿਆ ਤਾਂ ਬਹੁਤ ਵਾਰੀ, ਦੋਵਾਂ ਵਿੱਚੋਂ ਇੱਕ ਵੀ ਚੀਜ਼ ਹੱਥ ਵਿੱਚ ਆਈ ਕਿ ਅੰਮ੍ਰਿਤ ਵੇਲੇ ਵਿੱਚ ਵਡਿਆਈ ਅਤੇ ਵਿਚਾਰ ਦੋਵਾਂ ਨੂੰ ਪਲੱਸ ਕਰ ਸਕੀਏ, ਜੋੜ ਸਕੀਏ, ਆਪਣੇ ਹਿਰਦੇ ਨੂੰ ਔਰ ਦਿਮਾਗ ਨੂੰ ਜੋੜ ਸਕੀਏ। ਜਾਂ ਅਸੀਂ ਦਿਮਾਗ ਬਹੁਤਾ ਵਰਤਦੇ ਹਾਂ ਜਾਂ ਫਿਰ ਹਿਰਦਾ ਬਹੁਤਾ ਵਰਤਦੇ। ਸਤਿਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਵਿੱਚ ਵਡਿਆਈ ਅਤੇ ਵਿਚਾਰ ਨੂੰ ਇਕੱਠਾ ਕਰਦੇ, ਇੱਧਰੋਂ ਦੀ ਉਸਤਤ ਕਰ, ਉੱਧਰੋਂ ਵਿਚਾਰ ਕਰ। ਵਿਚਾਰ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਪਰਪੱਕਤਾ ਨਹੀਂ ਹੁੰਦੀ। ਯਾਦ ਰੱਖਣਾ, ਕੀਰਤਨ ਹੋਰ ਚੀਜ਼ ਹੈ, ਸੇਵਾ ਹੋਰ ਚੀਜ਼ ਹੈ। ਜਿੰਨਾ ਚਿਰ ਗੁਰਮਤ ਵਿਚਾਰ ਨਹੀਂ ਆਉਂਦੀ, ਦ੍ਰਿੜਤਾ ਨਹੀਂ ਆਵੇਗੀ, ਇੱਥੇ ਵੀ ਸੀਸ ਝੁੱਕ ਜਾਏਗਾ। ਬਾਹਰ ਜਾ ਕੇ ਕਿਸੇ ਨੇ ਕਿਹਾ ਜੀ ਜੋਤਸ਼ੀ ਬੜਾ ਸਿਆਣਾ ਆਇਆ, ਚਲੋ ਜੀ ਉਹਦੇ ਕੋਲ ਵੀ ਪੁੱਛੀਆ ਜੀ ਸਵੇਰੇ ਕੀ ਕਰਨਾ। ਵਿਚਾਰ ਤੋਂ ਬਿਨਾਂ ਪਰਪੱਕਤਾ ਕਿੱਥੇ? ਉਹਨਾਂ ਲੋਕਾਂ ਵਿੱਚ ਪਰਪੱਕਤਾ ਨਹੀਂ ਧਰਮ ਦੀ ਜਿਨ੍ਹਾਂ ਕੋਲ ਵਿਚਾਰਧਾਰਾ ਨਹੀਂ ਧਰਮ ਦੀ। ਇਸ ਕਰਕੇ ਉਹ ਸ਼ਰਧਾਲੂ ਹੋਣਗੇ ਆਪਣੀ ਥਾਂ 'ਤੇ, ਬਹੁਤ ਵਧੀਆ, ਪਰ ਵਿਚਾਰ ਹੀ ਨਹੀਂ ਹੈ। ਵਿਚਾਰ ਤੋਂ ਬਿਨਾਂ ਕਿੱਥੇ ਪਰਪੱਕਤਾ? ਇਸ ਕਰਕੇ ਵਿਚਾਰ ਹੈ ਸਥਿਰਤਾ ਮਨੁੱਖੀ ਮਨ ਦੀ। ਉਹਨੂੰ ਡੋਲਣ ਤੋਂ ਬਚਾਉਣ ਲਈ, ਰੁਕਣ ਵਾਸਤੇ ਇੱਕ ਖਾਕਾ ਤਿਆਰ ਕਰਦੀ, ਇੱਕ ਗਰਾਊਂਡ ਬਣਾਉਂਦੀ ਹੈ। ਇਸ ਕਰਕੇ ਸਤਿਗੁਰੂ ਨੇ ਸਾਨੂੰ ਵਿਚਾਰ ਵੀ ਦਿੱਤੀ ਔਰ ਕੀਰਤਨ ਵੀ ਦਿੱਤਾ। ਗੁਰਮਤਿ ਦਾ ਸਿਧਾਂਤ ਹੈ ਪਹਿਲਾਂ ਕੀਰਤਨ ਫਿਰ ਵਿਚਾਰ। ਇਹ ਦੋਵੇਂ ਚੀਜ਼ਾਂ, ਕਥਾ ਕੀਰਤਨ ਸੁਖਦਾਈ ਹੋਵਾ ਪਾਰ ਬ੍ਰਹਮ ਸਹਾਈ, ਦੋਵੇਂ ਬਖਸ਼ਾਂ ਸਾਨੂੰ ਸਤਿਗੁਰੂ ਨੇ ਕੀਤੀਆਂ। ਕਹਿੰਦੇ ਕੀਰਤ ਕਰ ਪਹਿਲਾਂ ਉਸਤਤ ਕਰ, ਕੀਰਤਨ ਕਰ, ਕੀਰਤਨ ਸੁਣ। ਹੁਣ ਉਹਦੇ ਵਿੱਚੋਂ ਵਿਚਾਰ ਵੀ ਲੱਭ ਕਿ ਇਸ ਕੀਰਤਨ ਵਿੱਚ ਕੀ ਕਿਹਾ ਗਿਆ ਹੈ, ਕੀ ਸਮਝਾਇਆ ਗਿਆ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਜਿਸ ਸਰੀਰ ਦੇ ਅੰਦਰ, ਇੱਕ ਤਾਂ ਬਾਹਰਲੇ ਟਿਕਾਣੇ ਨੇ, ਬਾਹਰਲੇ ਮੰਦਰ ਥਾਂ ਹਨ, ਗੁਰਦੁਆਰੇ ਮਸਜਿਦ ਜਿਹੜੇ ਇੱਟਾਂ ਪੱਥਰਾਂ ਦੇ ਬਣੇ ਹਨ, ਉਹਨਾਂ ਵਿੱਚ ਆਪੋ ਆਪਣੇ ਧਰਮ ਦੇ ਲੋਕ ਸਾਜ ਵਜਾਉਂਦੇ ਨੇ ਔਰ ਕੀਰਤਨ ਕਰਦੇ ਆ। ਸਤਿਗੁਰੂ ਕਹਿੰਦੇ ਅਸਲ ਵਿੱਚ ਤੇਰਾ ਸਰੀਰ ਸਹਿਜੇ ਸਹਿਜੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੰਦਰ ਬਣ ਜਾਣਾ ਚਾਹੀਦਾ, ਗੁਰਦੁਆਰਾ ਬਣ ਜਾਣਾ ਚਾਹੀਦਾ ਸਿੱਖ ਦਾ ਸਰੀਰ। ਇਹਦੇ ਵਿੱਚ ਕੀਰਤਨ ਉਹਦੀ ਉਸਤਤ ਹੁੰਦੀ ਰਹਿਣੀ ਚਾਹੀਦੀ, ਲਗਾਤਾਰ ਅੰਦਰ ਲਗਾਤਾਰ ਇੱਕ ਸਾਜ਼ ਵੱਜਣਾ ਚਾਹੀਦਾ ਹੈ, ਇੱਕ ਰਭਾਵ ਵੱਜਣੀ ਚਾਹੀਦੀ ਇਹਦੇ ਮਨ ਵਿੱਚ, ਜੋ ਕਦੀ ਖਤਮ ਨਾ ਹੋਵੇ, ਫਿਰ ਸਿੱਖ ਦਾ ਸਰੀਰ ਗੁਰਦੁਆਰਾ ਬਣ ਜਾਏ। ਇਹਦੇ ਵਿੱਚ ਗੁਰੂ ਕਾ ਕੀਰਤਨ, ਗੁਰੂ ਕੀ ਯਾਦ, ਸ਼ਬਦ ਦੀ ਲਗਾਤਾਰ ਨਿਰੰਤਰ ਧਾਰਾ ਵਹਿੰਦੀ ਰਹੇ, ਫਿਰ ਸਮਝ ਲਓ ਇਹਨੇ ਕੀਰਤਨ ਸੋਹਲੇ ਨੂੰ ਸਮਝ ਲਿਆ ਹੈ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ, ਸਿਵਰਹੋ ਸਿਰਜਨ ਹਾਰੋ। ਹੁਣ ਇੱਥੇ ਜਿਹਨੇ ਦੋ ਚੀਜ਼ਾਂ ਕੀਤੀਆਂ ਨਾ, ਉਹਦੀ ਉਸਤਤ ਕੀਤੀ ਅਤੇ ਵਿਚਾਰ ਕੀਤੀ, ਇੱਕ ਦਿਨ ਦਾਤ ਮਿਲੇਗੀ ਕਿ ਉਹਨੂੰ ਗਾਉਣ ਲੱਗ ਪਵੇ। ਗਾਉਣ ਦਾ ਮਤਲਬ, ਗਾਉਂਦਾ ਆਦਮੀ ਉਦੋਂ ਹੈ ਜਦੋਂ ਕਿਸੇ ਚੀਜ਼ ਦੇ ਵਿੱਚੋਂ ਪੂਰੀ ਕਾਮਯਾਬੀ ਮਿਲ ਜਾਏ।
ਤੁਸੀਂ ਕਦੀ ਵੇਖਣਾ ਜਦੋਂ ਮਨ ਖੁਸ਼ ਹੁੰਦਾ ਤੇ ਕੁਝ ਨਾ ਕੁਝ ਉਹਦੇ ਗਲੇ ਵਿੱਚੋਂ ਭਾਵੇਂ ਉਹ ਕੋਈ ਅਰਥ ਨਹੀਂ ਰੱਖਦਾ, ਆਦਮੀ ਗੁਣਗੁਣਾਉਂਦਾ ਹੈ ਜਦੋਂ ਖੁਸ਼ ਹੁੰਦਾ ਹੈ। ਜਦੋਂ ਕਿਸੇ ਵੀ ਕਾਰਜ ਵਿੱਚ ਕੋਈ ਕੰਮ ਸ਼ੁਰੂ ਕੀਤਾ ਸੀ, ਬੜੇ ਚਿਰ ਬਾਅਦ ਉਹਦੇ ਵਿੱਚੋਂ ਕਾਮਯਾਬੀ ਹਾਸਲ ਹੋਈ, ਤਾਂ ਸਹਿਜ ਸੁਭਾਏ ਉਹਦੇ ਗਲੇ ਵਿੱਚ ਇੱਕ ਛੋਟਾ ਜਿਹਾ ਸੰਗੀਤ ਆਵੇਗਾ, ਗਾਏਗਾ ਖੁਸ਼ ਹੋ ਕੇ। ਗਾਉਣਾ ਖੁਸ਼ੀ ਦੀ ਨਿਸ਼ਾਨੀ ਹੈ। ਇਸ ਕਰਕੇ ਗੀਤ ਉਹਦਾ ਸਿੱਟਾ ਹੈ। ਗੁਰਬਾਣੀ ਸਾਰੀ ਕੀਰਤਨ ਦੇ ਰੂਪ ਵਿੱਚ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਣੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਵਿਚਾਰਿਆ, ਉਹਦਾ ਬਹੁਤ ਸਾਰਾ ਹਿੱਸਾ ਗਾਇਆ ਗਿਆ, ਕਿਉਂਕਿ ਗਾ ਕੇ ਉਦੋਂ ਕਿਹਾ ਜਾਂਦਾ ਜਦੋਂ ਮਨ ਪੂਰੀ ਤਰ੍ਹਾਂ ਜਿਹੜੀ ਚੀਜ਼ ਨਾਲ ਸਹਿਮਤ ਹੋ ਜਾਏ, ਸੰਤੁਸ਼ਟ ਹੋ ਜਾਏ। ਇਸ ਲਈ ਸਤਿਗੁਰੂ ਨੇ ਸਿੱਖ ਦੀ ਝੋਲੀ ਵਿੱਚ ਕੀਰਤਨ ਪਾਇਆ, ਗੀਤ ਪਾਇਆ, ਸੰਗੀਤ ਪਾਇਆ ਹੈ, ਔਰ ਬਾਕੀ ਦੀਆਂ ਸਾਰੀਆਂ ਚੀਜ਼ਾਂ ਉਹਦੇ ਮੁਤਹਿਤ ਕਰ ਦਿੱਤੀਆਂ। ਜਿਵੇਂ ਅੱਜ ਦਾ ਹੁਕਮਨਾਮਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ ਪਿਆਰੇ ਨਿਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕਹਿ ਦੁਆਰੇ ਤੀਜੇ ਬੁੱਧ ਵਿਵੇਕਾ। ਅਤੇ ਬਾਅਦ ਵਿੱਚ ਕਿਹਾ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ, ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹ ਮਨ ਰਤ। ਕੀਰਤਨ ਦੇ ਵਿੱਚ, ਗੀਤ ਵਿੱਚ ਉਹਦੀ ਯਾਦ ਵਿੱਚ ਗਾਈ ਜਾਣਾ, ਗਾਈ ਜਾਣਾ, ਉਹਦੇ ਪਿਆਰ ਵਿੱਚ ਮਸਤ ਹੋ ਕੇ ਗਾਉਣਾ। ਹਜ਼ੂਰ ਕਹਿੰਦੇ ਤਿਤ ਘਰ ਗਾਵੋ ਸੋਹਿਲਾ, ਤਿਤ ਘਰ, ਘਰ ਦਾ ਅਰਥ ਉਸ ਸਰੀਰ ਦੇ ਅੰਦਰ ਉਸ ਅਵਸਥਾ ਦੇ ਵਿੱਚ। ਪਹਿਲੇ ਘਰ ਦਾ ਅਰਥ ਸਰੀਰ, ਦੂਜੇ ਘਰ ਦਾ ਅਰਥ ਸਰੀਰ ਦੀ ਉਹ ਅਵਸਥਾ ਜਿਹਦੇ ਵਿੱਚ ਅੰਦਰ ਉਹਦੀ ਯਾਦ ਰਹਿੰਦੀ, ਟਿਕਦੀ ਹੈ। ਹਜ਼ੂਰ ਕਹਿੰਦੇ ਉਹਦੇ ਉਹਦਾ ਸੋਹਲਾ ਗਾਓ, ਉਹਦਾ ਗੀਤ ਗਾਓ, ਸਿਵਰੋ ਸਿਰਜਣ ਹਾਰੋ। ਹਜ਼ੂਰ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹਉ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ। ਉਸ ਨਿਰਭਉ ਦਾ ਸੋਹਲਾ ਗਾਓ ਜਿਹਦੇ ਉੱਤੇ ਕਿਸੇ ਦਾ ਕੁੰਡਾ ਨਹੀਂ। ਗਾਉਣਾ ਹੀ ਹੈ ਜੇ ਖੁਸ਼ਾਮਦ ਹੀ ਕਰਨੀ ਹੈ, ਤਾਂ ਉਹਦੀ ਕਰੀਏ ਘੱਟੋ ਘੱਟ ਜਿਹਨੂੰ ਕਿਸੇ ਦੀ ਖੁਸ਼ਾਮਦ ਨਹੀਂ ਕਰਨੀ ਪੈਂਦੀ। ਸਾਰਿਆਂ ਤੋਂ ਉੱਚਾ, ਉਹਦੇ ਉੱਤੇ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਕਿਸੇ ਦਾ ਪ੍ਰਭਾਵ ਨਹੀਂ, ਕੋਈ ਉਹਦੇ ਉੱਪਰ ਖੜਾ ਨਹੀਂ ਜਿਹਦੇ ਤੋਂ ਉਹ ਪ੍ਰਭਾਵਿਤ, ਜਿਹਦਾ ਉਹ ਗੁਲਾਮ ਹੋਵੇ। ਇਸ ਕਰਕੇ ਕਹਿੰਦੇ ਗੀਤ ਗਾਉਣਾ ਹੈ ਤਾਂ ਉਹਦਾ ਹੀ ਗਾਓ, ਉਸਤਤ ਕਰਨੀ ਹੈ ਤਾਂ ਉਹਦੀ ਕਰੋ ਜਿਹਨੂੰ ਕਿਸੇ ਦਾ ਡਰ ਨਹੀਂ। ਅਤੇ ਫਿਰ ਉਹ ਉਸ ਗਾਉਣ ਵਾਲੇ ਨੂੰ ਵੀ ਨਿਰਭਉ ਕਰ ਦਿੰਦਾ, ਬੇਪਰਵਾਹ ਕਰ ਦਿੰਦਾ ਹੈ। ਤਾਂ ਜਿਹੜੇ ਲੋਕਾਂ ਦੀ ਅਸੀਂ ਉਸਤਤ ਕਰਦੇ ਫਿਰਨੇ ਹਾਂ, ਉਹ ਤਾਂ ਆਪ ਡਰੇ ਹੋਏ ਨੇ, ਉਹ ਤਾਂ ਆਪ ਕੰਬਦੇ ਫਿਰਦੇ ਨੇ, ਉਹਨਾਂ ਨੂੰ ਤਾਂ ਆਪਣਾ ਡਰ ਬਹੁਤ ਜ਼ਿਆਦਾ ਹੈ। ਤਾਂ ਫਿਰ ਉਹਨਾਂ ਦੀ ਉਸਤਤ ਕਰਨ ਨਾਲ ਸਾਨੂੰ ਪ੍ਰਾਪਤ ਹੀ ਕੀ ਹੋਵੇਗਾ, ਜੋ ਖੁਦ ਅਸਥਿਰ ਨਹੀਂ, ਜੋ ਡਰੇ ਹੋਏ ਨੇ, ਭਟਕੇ ਹੋਏ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਸਤਤ ਉਹਦੀ ਕਰ ਜੋ ਖੁਦ ਡਰਦਾ ਨਹੀਂ, ਨਿਰਭਉ ਹੈ, ਕਿਸੇ ਭੈ ਦੇ ਅੰਦਰ ਨਹੀਂ, ਭੈ ਤੋਂ ਰਹਿਤ ਹੈ। ਸਤਿਗੁਰੂ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਉਸ ਵਾਹਿਗੁਰੂ ਦਾ ਸੋਹਲਾ ਗਾ ਜੋ ਨਿਰਭੈ ਨਿਰਵੈਰ ਹੈ। ਹਉ ਵਾਰੀ ਜਿੱਤ ਸੋਹਲੇ ਸਦਾ ਸੁਖ ਹੋਏ, ਇਹਦੇ ਵਿੱਚੋਂ ਕੀ ਮਿਲੇਗਾ? ਕਿਉਂਕਿ ਆਮ ਤੌਰ 'ਤੇ ਇੱਕ ਸੱਚਾਈ ਵੀ ਹੈ, ਮਨੁੱਖੀ ਮਨ ਹਰ ਇੱਕ ਚੀਜ਼ ਵਾਸਤੇ ਚਾਹੁੰਦਾ ਵੀ ਦੱਸੋ ਇਹ ਕਾਰਜ ਕਰਨਾ ਇਹਦੇ ਵਿੱਚੋਂ ਕੀ ਮਿਲੇਗਾ। ਔਰ ਇਹ ਇੱਕ ਬਹੁਤ ਵਧੀਆ ਨੁਕਤਾ ਹੈ। ਦੋ ਚੀਜ਼ਾਂ ਨੇ, ਇੱਕ ਤਾਂ ਗੁਰੂ ਦੇ ਮਾਰਗ 'ਤੇ ਉਹ ਆਦਮੀ ਤੁਰਦਾ ਹੈ ਜਿਹੜਾ ਪੂਰੀ ਤਰ੍ਹਾਂ ਸਮਰਪਿਤ ਹੋ ਚੁੱਕਾ ਹੈ, ਉਹ ਫਿਰ ਗੁਰੂ ਦੇ ਹੁਕਮ ਵਿੱਚ ਹੈ, ਉਹਦੇ ਤੋਂ ਬਾਹਰ ਨਹੀਂ। ਪਰ ਜਿਹੜਾ ਅਜੇ ਸਮਰਪਿਤ ਨਹੀਂ ਹੋਇਆ, ਉਹਦੇ ਮਨ ਵਿੱਚ ਇਹ ਸਵਾਲ ਰਹਿਣਾ ਚਾਹੀਦਾ ਹੈ ਵੀ ਮੈਂ ਕਿਤੇ ਪਹੁੰਚਿਆ ਕਿ ਨਹੀਂ, ਮੈਨੂੰ ਕੁਝ ਮਿਲਿਆ ਕਿ ਨਹੀਂ, ਤਾਂ ਉਹ ਯਤਨ ਕਰੇਗਾ। ਨਹੀਂ ਤਾਂ ਗੰਗਾ ਗਏ ਤੇ ਗੰਗਾ ਰਾਮ, ਯਮੁਨਾ ਗਏ ਤੇ ਯਮੁਨਾ ਦਾਸ, ਜਿਵੇਂ ਦਾ ਆਇਆ ਉੱਧਰ ਦਾ, ਜਿੱਧਰ ਦੀ ਹਵਾ ਚੱਲੀ ਉੱਧਰ ਦਾ ਛੱਜ ਲਾ ਦਿੱਤਾ। ਇਸ ਤਰ੍ਹਾਂ ਭਟਕਾਵ ਅਤੇ ਬਿਨਾਂ ਮਿਸ਼ਨ ਤੋਂ ਜੀਵਨ ਰਹਿੰਦਾ, ਕਿਤੇ ਪਹੁੰਚਦਾ ਨਹੀਂ। ਸਤਿਗੁਰੂ ਕਹਿੰਦੇ ਕਿ ਉਹਦਾ
ਸੋਹਿਲਾ ਗਾਉਣ ਦੇ ਵਿੱਚੋਂ ਮਿਲੇਗਾ ਕੀ, ਪ੍ਰਾਪਤੀ ਕੀ ਹੈ? ਹਜ਼ੂਰ ਕਹਿੰਦੇ ਜਿੱਤ ਸੋਹਿਲਾ ਸਦਾ ਸੁੱਖ ਹੋਏ। ਜਿਉਂ ਜਿਉਂ ਉਹਨੂੰ ਗਾਵਾਂਗੇ ਸੁੱਖ ਦੀ ਆਮਦ ਸ਼ੁਰੂ ਹੋ ਜਾਏਗੀ ਅੰਦਰ, ਅੰਦਰੋਂ, ਬਾਹਰੋਂ ਨਹੀਂ। ਬਾਹਰੋਂ ਤਾਂ ਆਪੇ ਸੁੱਖ ਹੋ ਜਾਏਗਾ, ਪਹਿਲਾਂ ਅੰਦਰੋਂ ਹੋਣਾ। ਜਿੰਨੇ ਬਾਹਰਲੇ ਸਾਧਨ ਜਿਹੜੇ ਸੁੱਖ ਦਿੰਦੇ ਨੇ, ਸੁੱਖ ਤਾਂ ਅੰਦਰ ਹੀ ਰਹਿੰਦਾ ਨਾ, ਬਾਹਰ ਥੋੜ੍ਹੀ ਖੜਾ ਹੁੰਦਾ। ਮੱਥੇ 'ਤੇ ਨਹੀਂ ਲਿਖਿਆ ਜਾਂਦਾ ਵੀ ਸੁੱਖ ਹੈ, ਸੁੱਖ ਮਨ ਦਾ ਟਿਕਾ ਹੈ, ਉਹਦਾ ਟਿਕਿਆ ਹੋਇਆ ਹਿੱਸਾ ਹੈ। ਇਸ ਕਰਕੇ ਜਿਸ ਸੋਹਲੇ ਨੂੰ ਗਾਉਣ ਦੇ ਨਾਲ ਕੀ ਮਿਲਦਾ? ਸਤਿਗੁਰੂ ਕਹਿੰਦੇ ਹਲਤ ਸੁੱਖ, ਪਲਤ ਸੁੱਖ, ਨਿੱਤ ਸੁੱਖ। ਇਹ ਤਿੰਨ ਵਾਰੀ ਵਰਤਿਆ ਸ਼ਬਦ। ਹਲਤ ਸੁੱਖ, ਹਲਤ ਦਾ ਅਰਥ ਆਹ ਜਿਹੜਾ ਜਗਤ ਜਿੱਥੇ ਆਪਾਂ ਰਹਿ ਰਹੇ, ਪਲਤ ਇਹਦੇ ਤੋਂ ਅਗਲਾ ਦੁਨੀਆ, ਨਿੱਤ ਸੁੱਖ ਹਰ ਰੋਜ਼ ਦਾ ਸੁੱਖ। ਕਾਹਦੇ ਨਾਲ? ਸਿਮਰਨੋ, ਪਰਮਾਤਮਾ ਦਾ ਸਿਮਰਨ, ਉਹਦਾ ਗੀਤ ਗਾਉਣ ਨਾਲ। ਹਲਤ ਸੁੱਖ, ਪਲਤ ਸੁੱਖ, ਨਿੱਤ ਸੁੱਖ, ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਇਹਦੇ ਨਾਲ ਕੀ ਹੋਵੇਗਾ ਜੀ? ਕਹਿੰਦੇ ਮਿਟੇ ਕਮਾਣੇ ਪਾਪ ਚਿਰਾਣੇ, ਚਿਰਾਂ ਦੇ ਪਾਪ ਕੀਤੇ ਹੋਏ। ਚਿਰਾਣੇ ਦਾ ਅਰਥ ਹੈ ਬੜੇ ਚਿਰ ਦੇ, ਕਿਉਂਕਿ ਸਾਡੇ ਅੰਦਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਬਾਰੇ ਅਸੀਂ ਜਾਣਦੇ ਨਹੀਂ। ਸਾਡੇ ਮਨ ਵਿੱਚ ਇਸ ਤਰ੍ਹਾਂ ਦੇ ਪੁਰਾਣੇ ਵਿਚਾਰ, ਪੁਰਾਣੇ ਕੀਤੇ ਹੋਏ ਕਰਮਾਂ ਦੇ ਛੋਟੇ ਛੋਟੇ ਨਿਸ਼ਾਨ ਨੇ ਜਿਨ੍ਹਾਂ ਬਾਰੇ ਅੱਜ ਤੱਕ ਅਸੀਂ ਦੇਖਿਆ ਨਹੀਂ। ਸਿਰਫ ਪੂਰਾ ਗੁਰੂ ਉਹਨਾਂ ਨੂੰ ਦੇਖ ਸਕੇ, ਸਤਿਗੁਰੂ ਵੇਖ ਲੈਂਦੇ ਨੇ। ਜਿਹਨੇ ਇਸ ਚੀਜ਼ ਨੂੰ ਜਾਣ ਲਿਆ ਉਹ ਬੜੀ ਸ਼ਰਧਾ ਨਾਲ ਤੁਰੇਗਾ, ਨਹੀਂ ਤਾਂ ਲੱਗਦਾ ਅਸੀਂ ਚਾਰ ਕੁ ਦਿਨ, ਇੱਕ ਮਹੀਨਾ, ਦੋ ਮਹੀਨਾ ਨਿਤਨੇਮ ਕੀਤਾ, ਇੱਕ ਸਾਲ ਕੀਤਾ, ਅਤੇ ਜੇ ਅਸੀਂ ਇਸ ਚੀਜ਼ ਨੂੰ ਜਾਣਦੇ ਨਹੀਂ, ਕਈ ਵਾਰੀ ਮਨ ਵਿੱਚ ਅਸ਼ਰਧਾ ਪੈਦਾ ਹੋਵੇਗੀ ਵੀ ਹੋਇਆ ਤਾਂ ਕੁਝ ਵੀ ਨਹੀਂ। ਹੋਏਗਾ ਤਾਂ ਜਦੋਂ ਕੱਪੜਾ ਧੁੱਪਣਾ ਹੈ, ਅਜੇ ਕੀ ਪਤਾ ਉਹਦੇ ਵਿੱਚ ਕਿੱਥੋਂ ਮੈਲ ਆਈ ਹੈ ਪੁਰਾਣੀ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹੋ, ਖੰਦਲੀ ਧੋਤੀ ਉਜਲੀ ਨਾ ਥੀ ਜੇ ਸੋ ਧੋਵਣ ਪਾ। ਅਜੇ ਕੀ ਪਤਾ ਕਿੱਥੋਂ ਕਿੱਥੋਂ ਲੈ ਕੇ ਆਏ ਹਾਂ, ਅਜੇ ਪਿਛਲਾ ਜਿਹੜਾ ਮਨ ਦੇ ਅੰਦਰ ਸਾਡੇ ਮੈਲ ਸੀ ਉਹ ਤਾਂ ਖਤਮ ਹੋਈ ਨਹੀਂ, ਅੱਗੋਂ ਹੋਰ ਇਕੱਠੀ ਕਰ ਰਹੇ ਹਾਂ, ਅਤੇ ਫਿਰ ਚਾਹੁੰਦੇ ਕੀ ਹਾਂ, ਭਾਲਦੇ ਕੀ ਹਾਂ? ਇਸ ਲਈ ਜਿੰਨਾ ਚਿਰ ਮਨ ਦੇ ਵਿੱਚ ਪੁਰਾਣੇ ਮਿਟੇ ਕਮਾਣੇ ਪਾਪ ਚਿਰਾਣੇ, ਜਿਹੜੇ ਪੁਰਾਣੇ ਪਾਪ ਨੇ ਉਹ ਮਿਟਦੇ ਨੇ ਕਾਹਦੇ ਨਾਲ, ਜਿਉਂ ਜਿਉਂ ਅਸੀਂ ਸਿਮਰਨ ਕਰਨੇ ਹਾਂ, ਪਿਆਰ ਨਾਲ ਸ਼ਬਦ ਨੂੰ ਜਪਣੇ ਹਾਂ ਹਰ ਰੋਜ਼ ਰੂਟੀਨ ਵਿੱਚ, ਇੱਕ ਦਿਨ ਨਾਲ ਨਹੀਂ ਹੈ। ਜਦੋਂ ਉਹਦਾ ਸਮਾਂ ਬੱਝਾ ਹੋਵੇਗਾ ਵੀ ਅਸੀਂ ਇੰਨਾ ਚਿਰ ਰੋਜ਼ ਕਰਨਾ ਹੈ, ਅਤੇ ਤਾਂ ਉਹ ਕਾਰਜ ਹੋਵੇਗਾ, ਵੈਸੇ ਨਹੀਂ ਹੋਵੇਗਾ। ਤੁਸੀਂ ਵੇਖੋ ਇੱਕੋ ਥਾਂ 'ਤੇ ਤੁਸੀਂ ਹਰ ਰੋਜ਼ ਪੱਥਰ ਵਿੱਚ 100 ਵਾਰੀ ਉਂਗਲ ਲਾਓ ਸਹਿਜੇ ਸਹਿਜੇ, 200 ਵਾਰੀ ਲਾਓ, 400 ਵਾਰੀ, ਉੱਥੇ ਨਿਸ਼ਾਨ ਪੈਣਾ ਸ਼ੁਰੂ ਹੋ ਜਾਏਗਾ। ਹਾਲਾਂਕਿ ਪੱਥਰ ਬੜਾ ਸਖਤ ਹੈ ਅਤੇ ਉਂਗਲ ਬੜੀ ਨਰਮ ਹੈ, ਉਹਦੇ ਨਾਲ ਨਿਸ਼ਾਨ ਨਹੀਂ ਪੈਂਦਾ ਕੰਨ ਨੂੰ, ਪਰ ਜੇ ਤੁਸੀਂ ਰੋਜ਼ ਉਹਨਾਂ ਦੇ ਉਹਦੇ ਨਾਲ ਪਿੱਛੇ ਉਂਗਲਾਂ ਲਾਉਂਦੇ ਜਾਓ ਪੱਥਰ 'ਤੇ, ਰੋਜ਼ ਲਾਉਂਦੇ ਜਾਓ, ਜਦੋਂ 1 ਲੱਖ ਨੂੰ 2 ਲੱਖ ਨੂੰ ਪਾਰ ਕਰ ਜਾਏਗੀ ਗਿਣਤੀ, ਉੱਥੇ ਨਿਸ਼ਾਨ ਪੈਣਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਜਦੋਂ ਸ਼ਬਦ ਨੂੰ ਜਪਿਆ ਜਾਂਦਾ ਪਿਆਰ ਨਾਲ, ਉਹ ਮਨ ਦੇ ਵਿੱਚ ਨਿਸ਼ਾਨ ਛੱਡਣਾ ਸ਼ੁਰੂ ਕਰ ਦਿੰਦਾ ਹੈ, ਮਨ ਵਿੱਚ ਆਪਣੀ ਥਾਂ ਬਣਾ ਲੈਂਦਾ ਹੈ। ਫਿਰ ਗੁਰਸਿੱਖ ਉਹਦੇ ਉੱਤੇ ਧਿਆਨ ਲਾਉਂਦਾ, ਹੋਰ ਕਿੱਥੇ ਧਿਆਨ ਲਾਉਣਾ ਹੈ? ਧਿਆਨ ਲਾਉਣ ਵਾਲੀ ਉਹੀ ਥਾਂ ਹੈ ਜਿੱਥੇ ਸ਼ਬਦ ਨਿਸ਼ਾਨ ਪਾਉਂਦਾ ਹੈ, ਉੱਥੇ ਆਪਣੇ ਆਪ ਉਹਦਾ ਧਿਆਨ ਲੱਗਾ ਹੀ ਰਹਿੰਦਾ, ਲਾਉਣਾ ਥੋੜ੍ਹੀ ਪੈਂਦਾ। ਜਿਵੇਂ ਸਰੀਰ ਦੇ ਕਿਸੇ ਅੰਗ ਦੇ ਵਿੱਚ ਕੋਈ ਛੋਟੀ ਜਿਹੀ ਚੋਟ ਲੱਗ ਗਈ, ਠੇਡਾ ਲੱਗ ਗਿਆ ਤੁਰਦੇ, ਪੈਰ ਅੰਗੂਠਾ ਥੋੜ੍ਹਾ ਜਿਹਾ ਜ਼ਖਮ ਆਇਆ, ਅਤੇ ਹੁਣ ਉਸ ਜ਼ਖਮ ਦੇ ਵਿੱਚ ਦਰਦ ਹੈ, ਅਤੇ ਜਦੋਂ ਆਦਮੀ ਰਾਤ ਨੂੰ ਸੌਂਦਾ ਵੀ ਹੈ ਨਾ, ਜਦੋਂ ਸਵੇਗਾ ਰਾਤ ਨੂੰ ਅਤੇ ਵਿੱਚ ਵਿੱਚ ਜਾਗ ਆਵੇਗੀ, ਸਿੱਧਾ ਧਿਆਨ ਉਸ ਅੰਗੂਠੇ 'ਤੇ ਜਾਏਗਾ, ਕਿਉਂਕਿ ਉੱਥੇ ਸੱਟ ਵੱਜੀ, ਉੱਥੇ ਦਰਦ ਹੁੰਦੀ ਹੈ, ਧਿਆਨ ਆਪਣੇ ਆਪ ਚਲਾ ਜਾਏਗਾ। ਅਸੀਂ ਕਹਿੰਦੇ ਹਾਂ ਧਿਆਨ ਨਹੀਂ ਟਿਕਦਾ, ਧਿਆਨ ਕਿੱਥੋਂ ਟਿਕੇ, ਅਜੇ ਸੱਟ ਹੀ ਕੋਈ ਨਹੀਂ ਲੱਗੀ, ਸੱਟ ਲੱਗੇਗੀ ਤਾਂ ਧਿਆਨ ਟਿਕੇਗਾ, ਚੋਟ ਲੱਗੇਗੀ ਤਾਂ ਹੀ ਉੱਥੇ ਦਰਦ ਹੋਵੇਗੀ ਨਾ। ਚੋਟ ਸਹਾਰਾ ਸ਼ਬਦ ਕੀ ਤਾਸ਼ ਗੁਰੂ ਮੈਂ ਦਾਸ, ਕਬੀਰ ਸਾਹਿਬ।
ਜਦੋਂ ਗੁਰਸਿੱਖ ਵਾਰ ਵਾਰ ਬਾਣੀ ਦਾ ਅਭਿਆਸ ਕਰਦਾ, ਉਹ ਸਿਮਰਨ ਕਰਦਾ ਨਾਮ ਦਾ, ਉਹਦੇ ਨਾਲ ਅੰਦਰ ਇੱਕ ਚੋਟ ਲੱਗਦੀ ਹੈ ਉਹਦੀ, ਗੁਰੂ ਕੇ ਸ਼ਬਦ ਦੀ। ਉਸ ਚੋਟ ਦੇ ਲੱਗਣ ਨਾਲ ਉਹ ਦਰਦ ਇਸ ਤਰ੍ਹਾਂ ਦੀ ਨਹੀਂ ਦੁੱਖ ਦੇਣ ਵਾਲੀ। ਉਹਨੂੰ ਵੀ ਕਬੀਰ ਸਾਹਿਬ ਨੇ ਅਤੇ ਗੁਰੂ ਨਾਨਕ ਦੇਵ ਜੀ ਨੇ ਦਰਦ ਕਿਹਾ। ਬਾਣੀ ਪੜ੍ਹ ਕੇ ਵੇਖੋ, ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਦੁੱਖ ਲੱਗੇ ਦਰਦ ਰਹੇ ਸਰੀਰ, ਸਰੀਰ ਦੇ ਵਿੱਚ ਦਰਦ ਹੁੰਦੀ ਹੈ। ਉਹ ਦਰਦ ਸਿਰਫ ਇੱਕ ਇਸ਼ਾਰਾ ਕੀਤਾ ਗਿਆ, ਅਸਲ ਵਿੱਚ ਇੱਕ ਥਾਂ 'ਤੇ ਉਹਨਾਂ ਦਾ ਧਿਆਨ ਲੱਗਾ ਜਿੱਥੋਂ ਆਨੰਦ ਪ੍ਰਾਪਤ ਕਰ ਰਹੇ ਨੇ। ਤੇਰੇ ਹੁਕਮ ਪਵੇ ਨਿਸ਼ਾਨ ਤੋਂ ਕਰੋ ਸਾਹਿਬ ਕੀ ਸੇਵਾ। ਇਸ ਤਰ੍ਹਾਂ ਇਹ ਹੈ ਗੁਰੂ ਕੇ ਸਿੱਖ ਦਾ ਸਾਧਨ ਨਾਮ ਜਪਣ ਦਾ, ਇਸ ਤਰ੍ਹਾਂ ਉਹਨੇ ਬਾਣੀ ਪੜ੍ਹਨੀ, ਸਿਮਰਨ ਕਰਨਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਸਦਾ ਸੁੱਖ, ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਪਰ ਇਹ ਤਾਂ ਹੋਵੇਗਾ ਜੇ ਸਦਾ ਲਵੇਗਾ। ਇਹ ਨਹੀਂ ਵੀ ਸਾਰਾ ਦਿਨ ਝੱਕ ਮਾਰੀ ਜਾਣੀ, ਸਾਰਾ ਦਿਨ ਹੋਰ ਹੋਰ ਗੱਲਾਂ ਕਰੀ ਜਾਣੀ, 5-6 ਘੰਟੇ ਗੱਲਾਂ ਕਰਨੀਆਂ ਅਤੇ 5-5 ਮਿੰਟ ਵਾਹਿਗੁਰੂ ਕਹਿ ਲੈਣਾ, ਕਹਿੰਦੇ ਜੀ ਮਨ ਟਿਕ ਜਾਏਗਾ। ਇੱਦਾਂ ਨਹੀਂ ਹੋਵੇਗਾ, ਬਿਲਕੁਲ ਪਲਟਣਾ ਪਊ ਪਾਸਾ। 5 ਘੰਟੇ ਉਹਦੇ 'ਤੇ ਲਾਉਣੇ ਪੈਣਗੇ ਅਤੇ 5 ਮਿੰਟ ਗੱਲਾਂ ਕਰਨੀਆਂ ਪੈਣਗੀਆਂ, ਤਾਂ ਪਲਟੇਗਾ ਸਾਰਾ ਕੁਝ। ਅਸੀਂ ਦਿਨ ਵਿੱਚ 15 ਘੰਟੇ ਚਾਹੀਏ ਅਤੇ ਗੱਲਾਂ ਕਰੀ ਜਾਈਏ, ਬੋਲੀ ਜਾਈਏ, ਜਿਹਦਾ ਕੋਈ ਅਰਥ ਨਹੀਂ। ਅਤੇ 1-2 ਮਿੰਟ ਆਪਾਂ ਇੱਧਰ ਲਾਉਂਦੇ ਹਾਂ, ਫਿਰ ਇਹਦੇ ਵਿੱਚੋਂ ਮਿਲਦਾ ਕੁਝ ਨਹੀਂ। ਸਾਰੀ ਉਮਰ ਸੋਚੀ ਜਾਂਦਾ ਵੀ ਹੈ ਵੀ ਕਿ ਨਹੀਂ ਕੁਝ, ਫਿਰ ਕਹਿੰਦੇ ਚਲੋ ਜੇ ਹੋਏਗਾ, ਹੁਣ ਲੱਗੇ ਤਾਂ ਹੈ ਹੀ ਆ, ਹੋਏਗਾ ਤਾਂ ਮਿਲ ਜਾਏਗਾ, ਮਿਲਣਾ ਕਿੱਥੋਂ ਹੈ, ਤਿਆਰੀ ਤਾਂ ਕੀਤੀ ਨਹੀਂ। ਕਿਸੇ ਦੇ ਘਰ ਵਿੱਚ ਪਿਤਾ ਕੋਲ ਬੜੀ ਜਾਇਦਾਦ ਹੋਵੇ, ਧਿਆਨ ਰੱਖਣਾ, ਜਾਇਦਾਦ ਬਹੁਤ ਹੋਵੇ, ਪਰ ਉਸ ਘਰ ਵਿੱਚ ਜਿਹੜੀ ਬੱਚੀ ਜੀ ਦੀ ਸ਼ਾਦੀ ਹੋਣੀ ਹੈ, ਜੇ ਉਹਨੇ ਉਹਨੂੰ ਉਹ ਦਾਜ ਵੀ ਬਹੁਤ ਸਾਰਾ ਦੇਦਾ ਹੈ, ਚੀਜ਼ਾਂ ਬੜੀਆਂ ਦੇ ਦੇਵੇ, ਮਹਿੰਗੀ ਤੋਂ ਮਹਿੰਗੀ, ਪਰ ਜੇ ਉਸ ਬੱਚੀ ਨੇ ਕੰਮ ਕਰਨਾ ਹੀ ਨਹੀਂ ਸਿੱਖਿਆ, ਉਹਨੇ ਚੀਜ਼ਾਂ ਦੀ ਵਰਤੋਂ ਕਰਨੀ ਨਹੀਂ ਸਿੱਖੀ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਸਹੁਰੇ ਘਰ ਵਿੱਚ ਲਿਜਾ ਕੇ ਬੇਕਾਰ ਕਰ ਦੇਗੀ, ਖਰਾਬ ਕਰ ਦੇਗੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੀ ਵੱਡੀ ਜਾਇਦਾਦ ਹੈ, ਸਾਡੇ ਗੁਰੂ ਕੋਲ ਬੜੀ ਵੱਡੀ ਦਾਤ ਹੈ, ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਹਿਣ। ਪਰ ਚੱਕਰ ਇਹ ਪੈ ਗਿਆ ਵੀ ਆਪਾਂ ਨਲਾਇਕ ਬਹੁਤ ਹੋ ਗਏ, ਆਪਾਂ ਉਹਨਾਂ ਚੀਜ਼ਾਂ ਦੀ ਵਰਤੋਂ ਕਰਨ ਵਾਸਤੇ, ਜਾਚ ਸਿੱਖਣ ਵਾਸਤੇ ਤਿਆਰ ਨਹੀਂ। ਚੀਜ਼ਾਂ ਬਹੁਤ ਨੇ, ਦਾਤਾਂ ਬੜੀਆਂ ਨੇ, ਪਰ ਆਪਾਂ ਹੋ ਗਏ ਆਲਸੀ, ਨਲਾਇਕ, ਮਿਹਨਤ ਕਰਨ ਨੂੰ ਤਿਆਰ ਨਹੀਂ ਹਾਂ। ਅਸੀਂ ਕਿਹਾ ਜੀ 240 ਸਾਲ ਗੁਰੂ ਸਾਹਿਬ ਨੇ ਮਿਹਨਤ ਕਰ ਲਈ, ਆਪਾਂ ਨੂੰ ਕੀ ਲੋੜ ਹੈ। ਸਾਨੂੰ ਇਸ ਚੀਜ਼ ਦਾ ਜਵਾਬ ਦੇਣਾ ਪਏਗਾ ਕਿ ਜਿਸ ਗੁਰੂ ਨਾਨਕ ਨੇ 240 ਵਿੱਚ ਸਿੱਖ ਜਗਤ ਦੀ ਗਿਣਤੀ ਲੱਖਾਂ ਤੋਂ ਕਰੋੜਾਂ ਤੱਕ ਲੈ ਆਉਂਦੀ, ਸਾਡੇ ਹੁੰਦੇ ਉਹ ਗਿਣਤੀ ਕਰੋੜਾਂ ਤੋਂ ਲੱਖਾਂ ਤੱਕ ਆ ਰਹੀ ਹੈ, ਕੌਣ ਜ਼ਿੰਮੇਵਾਰ ਹੈ, ਕੌਣ ਹੈ ਜ਼ਿੰਮੇਵਾਰ ਇਸ ਚੀਜ਼ ਦਾ, ਜਵਾਬ ਮੰਗਿਆ ਜਾਏ। ਜਿਸ ਗੁਰੂ ਨੇ ਇੰਨੀ ਮਿਹਨਤ ਕੀਤੀ ਕਿ ਉਹਨੇ 240 ਸਾਲਾਂ ਵਿੱਚ 10 ਜਾਮਿਆਂ ਵਿੱਚ ਦੂਜੀ ਕੌਮ ਵਿੱਚੋਂ ਖਿੱਚ ਕੇ ਇੱਕ ਨਵਾਂ ਧਰਮ ਖੜਾ ਕਰਤਾ, ਪਰ ਆਪਾਂ ਉਨੀ ਗਿਣਤੀ ਵੀ ਕਾਇਮ ਨਹੀਂ ਰੱਖ ਸਕੇ, ਪਿੱਛੇ ਜਾ ਰਹੀ ਹੈ। ਇਹਦਾ ਇੱਕੋ ਹੀ ਕਾਰਨ ਹੈ, ਸਾਡੀ ਨਲਾਇਕੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਜ਼ਰੂਰ ਟੇਕਦੇ ਹਾਂ, ਸਾਡੀ ਕੋਈ ਉਤਸੁਕਤਾ, ਸਾਡਾ ਚਾਅ, ਸਾਡਾ ਸਹਿਯੋਗ ਨਹੀਂ। ਬਸ ਜਿਹੜਾ ਜਿਸ ਖੇਤਰ ਵਿੱਚ ਖੜਾ ਉਹ ਕਹਿੰਦਾ ਜੀ ਮੈਨੂੰ ਕੀ ਲੋੜ ਹੈ, ਕਰਨਾ ਕੁਝ ਵੀ ਨਹੀਂ ਹੈ। ਕਹਿੰਦੇ ਜੀ ਪ੍ਰਚਾਰ ਕਰੋ ਜੀ, ਸਮਾਗਮ ਕਰੋ, ਪ੍ਰਚਾਰ ਕਿੰਨੇ ਕਰਨਾ, ਪ੍ਰਚਾਰ ਦੀ ਲੋੜ ਹੀ ਨਹੀਂ। ਆਪਾਂ ਸਿੱਖ ਤਾਂ ਘਰਾਣੇ ਵਿੱਚ ਪੈਦਾ ਹੋਏ ਹਾਂ, ਸਿੱਖ ਬਣ ਜੀ, ਪ੍ਰਚਾਰ ਕਿਸ ਨੇ ਕਰਨਾ ਹੈ, ਆਪਾਂ ਸਿੱਖ ਹੋ ਜਾਈਏ ਸਿਰਫ, ਹੋਰ ਕੋਈ ਪ੍ਰਚਾਰ ਦੀ ਲੋੜ ਨਹੀਂ ਹੈ। ਸਾਡਾ ਸਿੱਖ ਹੋਣਾ ਪ੍ਰਚਾਰਕ ਹੋਣਾ ਹੀ, ਸੱਚਾਈ ਤਾਂ ਇਹ ਹੈ, ਪ੍ਰਚਾਰ ਕਿਹਨੂੰ ਕਰਾਂਗੇ। ਸਾਨੂੰ ਦੂਸਰੇ ਧਰਮ ਦੇ ਲੋਕ ਆ ਕੇ ਸਿਖਾਉਣਗੇ ਵੀ ਤੁਸੀਂ ਸਿੱਖ ਬਣੋ, ਪਰ ਆਪਾਂ ਸਿੱਖ ਹੋ ਕੇ ਵੀ ਸਿੱਖੀ ਨਹੀਂ ਕਮਾ ਸਕੇ। ਇਸ ਕਰਕੇ ਅਸੀਂ ਜਵਾਬਦੇਹ ਹੋਵਾਂਗੇ ਗੁਰੂ ਦੇ, ਔਰ ਇੰਨੇ ਵੱਡੇ ਖਜ਼ਾਨੇ ਦੇ ਹੁੰਦਿਆਂ ਵੀ ਬੇਕਾਰ ਵਿੱਚ ਅਸੀਂ ਜੀਵਨ ਗਵਾ ਦਿੱਤਾ। ਤਾਂ ਸਤਿਗੁਰੂ ਕਹਿੰਦੇ ਨਿੱਤ ਕਰੇਗਾ ਤਾਂ ਨਿੱਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਫਿਰ ਕੀ ਹੋਵੇਗਾ, ਮਿੱਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ,
ਆ ਮਰਿਆ ਜਿਹਾ ਮਨ ਦੁਬਧਾ ਵਿੱਚ ਪਿਆ ਹੋਇਆ ਬੇਵਿਸ਼ਵਾਸੀ ਵਿੱਚ ਜਿੰਦਾ ਹੋ ਜਾਏਗਾ, ਹੋਸ਼ ਵਿੱਚ ਆ ਜਾਏਗਾ, ਤਾਕਤ ਵਿੱਚ ਆ ਜਾਏਗਾ। ਸਾਧ ਸੰਗਤ ਮਿਲ ਮੂਆ ਜੀਜੈ, ਸਤਿਗੁਰੂ ਕਹਿ ਰਹੇ ਨੇ ਹੋਂ ਵਾਰੀ ਜਿੱਤ ਸੋਹ ਲੈ ਸਦਾ ਸੁੱਖ ਹੋਏ, ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ। ਹੇ ਮੇਰੀ ਜਿੰਦ, ਹੇ ਮੇਰੇ ਮਨ, ਤੂੰ ਨਿਤ ਨਿਤ ਉਹਨੂੰ ਸੰਭਾਲ, ਉਹਨੂੰ ਚੇਤੇ ਕਰ, ਉਹਦਾ ਸਿਮਰਨ ਕਰ, ਕਿਉਂਕਿ ਤੇਰੇ ਇੱਕ ਇੱਕ ਦਿਨ ਨੂੰ ਦੇਖੇਗਾ, ਉਹਨੇ ਵੇਖਣਾ ਹੈ ਵੀ ਇਸ ਦਿਨ ਤੂੰ ਕੀ ਕੀਤਾ ਸੀ, ਇਸ ਦਿਨ ਤੂੰ ਕੀ ਕਰਦਾ ਰਿਹਾ। ਨਿਤ ਨਿਤ ਹਰ ਰੋਜ਼ ਦੇਖੇਗਾ, ਵੇਖੇਗਾ, ਉਹ ਤੈਨੂੰ ਪੜਚੋਲ ਕਰੇਗਾ ਤੇਰੇ ਇੱਕ ਇੱਕ ਦਿਨ ਦੀ, ਔਰ ਇੱਕ ਇੱਕ ਦਿਨ ਦਾ ਤੇਰੇ ਤੋਂ ਜਵਾਬ ਮੰਗਿਆ ਜਾਏਗਾ ਵੀ ਉਸ ਦਿਨ ਤੂੰ ਕਿਵੇਂ ਗਵਾਇਆ ਹੈ, ਸਾਰਾ ਦਿਨ ਇੱਕ ਪਲ ਵੀ ਤੂੰ ਨਹੀਂ ਜਾਗਿਆ। ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਤਾਂ ਉਸ ਦਿਨ ਪਤਾ ਲੱਗੇਗਾ ਕਿ ਪਰਮਾਤਮਾ ਨੇ ਸਾਡੇ ਉੱਤੇ ਕਿੰਨਾ ਦਾਨ ਦਿੱਤਾ ਸੀ, ਵਰਦਾਨ ਦਿੱਤਾ ਸੀ ਸਾਨੂੰ, ਕਿਉਂਕਿ ਉਹ ਪੁੱਛੇਗਾ ਕਿ ਤੈਨੂੰ ਮੈਂ ਇੰਨੇ ਕੀਮਤੀ ਸਵਾਸ ਦੇ ਕੇ ਭੇਜਿਆ ਸੀ, ਉਹਦੇ ਬਦਲੇ ਵਿੱਚ ਤੂੰ ਕਿੰਨਾ ਕੁਛ ਸਿਮਰਨ ਕੀਤਾ ਹੈ, ਕਿੰਨੇ ਸਵਾਸਾਂ ਦੇ ਬਦਲੇ ਨਾਮ ਜਪਿਆ ਹੈ। ਪਰ ਉੱਥੇ ਕੁਝ ਵੀ ਨਹੀਂ ਨਿਕਲੇਗਾ, ਉੱਥੇ ਪਤਾ ਲੱਗੇਗਾ ਉਹਨੇ ਦਾਨ ਕਿੰਨਾ ਵੱਡਾ ਦਿੱਤਾ ਸੀ, ਵਰਦਾਨ, ਬੜਾ ਵੱਡਾ ਦਾਨ ਹੈ ਸਵਾਸ ਸਰੀਰ, ਪਰ ਸਾਨੂੰ ਕੀਮਤ ਦਾ ਪਤਾ ਨਹੀਂ। ਉਸ ਦਿਨ ਪਤਾ ਲੱਗੇਗਾ ਵੀ ਤੇਰੇ ਦਾਨ ਦੀ ਤਾਂ ਕੀਮਤ ਹੀ ਨਹੀਂ ਸੀ, ਜਿੰਨਾ ਵੱਡਾ ਤੂੰ ਸਾਨੂੰ ਦਾਨ ਦਿੱਤਾ ਸੀ, ਅਸੀਂ ਹੀਰਿਆਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਜੀਵਨ, ਉਹਦੀ ਕੀਮਤ ਨਹੀਂ ਕਹੀ ਜਾ ਸਕਦੀ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸ਼ੁਮਾਰ, ਉਹਦਾ ਅੰਤ ਨਹੀਂ, ਕਿੰਨੀਆਂ ਕੁ ਬਖਸ਼ਾਂ ਦੇ ਕੇ ਨਿਵਾਜਿਆ ਸੀ ਨਿਆਮਤਾਂ, ਪਰ ਆਪਾਂ ਉਹਦਾ ਉਹਨੂੰ ਸੰਭਾਲਿਆ ਨਹੀਂ, ਯਾਦ ਨਹੀਂ ਕੀਤਾ। ਸੰਬਤ ਸਾਹ ਲਿਖਿਆ ਮਿਲ ਕਰ ਪਾਵ ਤੇਲ, ਸੰਬਤ ਦਾ ਅਰਥ ਹੈ ਉਹ ਦਿਨ, ਸਾਹ ਉਹ ਦਿਨ ਜਿਸ ਦਿਨ ਸ਼ਾਦੀ ਦਾ ਦਿਨ ਮਿਥਿਆ ਜਾਂਦਾ ਹੈ, ਉਹ ਪਹਿਲਾਂ ਦਿਨ ਤਰੀਕ ਮਿਥ ਲਈ ਜਾਂਦੀ ਹੈ, ਔਰ ਉਹਦੇ ਤੋਂ ਕੁਝ ਦਿਨ ਪਹਿਲਾਂ ਭੋਚੇ ਵਾਲੇ ਦਿਨ ਘਰ ਘਰ ਇਹ ਪਹੁੰਚਾ, ਉਸ ਬੱਚੀ ਦੇ ਸਿਰ ਵਿੱਚ ਮਿਲ ਕੇ ਤੇਲ ਪਾਇਆ ਜਾਂਦਾ ਅਤੇ ਅਸੀਸਾਂ ਦਿੱਤੀਆਂ ਜਾਂਦੀਆਂ ਵੀ ਜਾ ਤੇਰਾ ਸਹੁਰੇ ਘਰ ਵਿੱਚ ਮਿਲਾਪ ਬਣ ਆ ਜਾਏ। ਇੱਥੇ ਉਦਾਹਰਨ ਦਿੱਤੀ ਗਈ ਹੈ ਕਿ ਜਦੋਂ ਅਸੀਂ ਇੱਥੇ ਜਗਤ ਵਿੱਚ ਆਏ ਹਾਂ, ਸਾਡੇ ਵਾਪਸ ਜਾਣ ਦਾ ਦਿਨ ਉਦੋਂ ਹੀ ਮਿਥ ਲਿਆ ਗਿਆ ਸੀ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਪਰ ਇੱਥੇ ਜਿਨ੍ਹਾਂ ਨੇ ਆ ਕੇ ਪਹਿਲਾਂ ਹੀ ਸੰਤ ਜਨਾਂ ਨੂੰ, ਗੁਰਮੁਖਾਂ ਨੂੰ ਕਿਹਾ ਕਿ ਮੇਰੇ ਤੇਲ ਸਿਰ ਵਿੱਚ ਬਖਸ਼ਿਸ਼ ਦਾ ਤੇਲ ਪਾਓ, ਭਾਵ ਆਪਣੀ ਅਸੀਸ ਬਖਸ਼ਿਸ਼ ਕਰੋ, ਦਿਓ ਸੱਜਣ ਅਸੀਸੜੀਆਂ, ਤੁਸੀਂ ਅਸੀਸਾਂ ਦਿਓ, ਜਿਉਂ ਹੋਵੇ ਸਾਹਿਬ ਸਿਓ ਮੇਲ, ਉਹ ਜੀਵਨ ਦਾ ਢੰਗ ਬਖਸ਼ੋ ਜਿਹਦੇ ਨਾਲ ਮੇਰਾ ਸਾਹਿਬ ਨਾਲ ਇੱਥੇ ਹੀ ਮੇਲ ਹੋ ਜਾਏ। ਇਹਦਾ ਭਾਵ ਅਰਥ ਇਹ ਹੈ ਇਸ ਪੰਕਤੀ ਦਾ ਕਿ ਜਾਣ ਦਾ ਦਿਨ, ਹੁਣ ਇਹ ਦੋਵੇਂ ਚੀਜ਼ਾਂ ਨੇ, ਇੱਕ ਪਾਸੇ ਗੁਰਬਾਣੀ ਵਿੱਚ ਮੌਤ ਨੂੰ ਵਿਆਹ ਨਾਲ ਤੁਲਨਾ ਦਿੱਤੀ ਹੈ, ਅਤੇ ਇੱਕ ਪਾਸੇ ਜਿੱਦਣ ਭਗਤ ਦਾ ਆਨੰਦ ਹੁੰਦਾ ਹੈ ਪਰਮਾਤਮਾ ਦੇ ਨਾਲ, ਉਹਨੂੰ ਵੀ ਇਹ ਸ਼ਬਦ ਵਰਤੇ ਗਏ ਨੇ, ਉਹਦੇ ਨਾਲ ਆਨੰਦ ਕਾਰਜ ਦੀ ਗੱਲ ਕੀਤੀ। ਜਿਵੇਂ ਕਬੀਰ ਸਾਹਿਬ ਕਹਿੰਦੇ, ਤਨ ਰੈਨੀ ਮਨ ਪੁਨਰਪ ਕਰਹੋ ਪਾਂਚੋ ਤੱਤ ਬਰਾਤੀ, ਰਾਮ ਰਾਏ ਸਿਉ ਭਾਵਰ ਮੈਂ ਹੋ ਆਤਮ ਤੇ ਰੰਗ ਰਾਤੀ, ਗਾਓ ਗਾਵੋ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਜਾਂ ਤਾਂ ਮਨੁੱਖ ਪਹਿਲਾਂ ਮਰਨ ਤੋਂ ਪਹਿਲਾਂ ਪਹਿਲਾਂ ਪਰਮਾਤਮਾ ਨਾਲ ਸੰਬੰਧ ਜੋੜ ਲਵੇ, ਫਿਰ ਉਹਦਾ ਸੰਬੰਧ ਮੌਤ ਨਾਲ ਨਹੀਂ ਹੋਵੇਗਾ। ਪਰ ਜਿਹੜੇ ਇਸ ਜਗਤ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਉਹਦੇ ਨਾਲ ਸਾਂਝ ਨਹੀਂ ਪਾ ਸਕੇ, ਫਿਰ ਉਹਨਾਂ ਵਾਸਤੇ ਇਹੀ ਹੈ, ਉਹਦਾ ਟਾਈਮ ਲਿਖਿਆ ਹੋਇਆ, ਉਹਨੇ ਵਿੱਚ ਰਹਿ ਸਕਦਾ ਮਨੁੱਖ। ਪਰ ਫਿਰ ਅਸੀਸ ਉਹਨਾਂ ਦੀ ਜਿਹੜੇ ਜੁੜੇ ਹੋਏ ਹਨ, ਕਾਲ ਪੁਰਖ ਦੇ ਨਾਲ ਮੇਲ ਕਰਾਉਣ ਵਿੱਚ ਸਮਰੱਥ ਹੈ। ਅਖੀਰ 'ਤੇ ਸਾਹਿਬ ਨੇ ਕਿਹਾ ਘਰ ਘਰ ਇਹੋ ਪਹੁੰਚਾ। ਪਹੁੰਚਾ ਸ਼ਬਦ ਤੁਸੀਂ ਪੁਰਾਣੇ ਪੰਜਾਬੀ ਸਮਾਜ ਵਿੱਚ ਇਹ ਵੇਖਦੇ ਹੋਵੋਗੇ ਕਿ ਸ਼ਾਦੀ ਤੋਂ ਪਹਿਲਾਂ ਲੜਕੀ ਵਾਲੇ ਘਰ ਵੱਲੋਂ
ਉਹਨੂੰ ਸਿੱਧਾ ਸ਼ਬਦ ਭੋਚਾ ਕਹਿੰਦੇ ਆਪਣਾ। ਉਹ ਚਿੱਠੀ ਸਾਰੀ ਚਿੱਠੀ ਲਿਖ ਕੇ ਭੇਜਿਆ ਜਾਂਦਾ ਉਹਨੂੰ ਪਹੁੰਚਾ ਕਹਿੰਦੇ ਨੇ, ਸ਼ਬਦ ਵਿਗੜ ਜਾਂਦਾ ਭੋਚਾ ਕਹਿ ਦਿੱਤਾ। ਪਹੁੰਚਾ ਦਾ ਮਤਲਬ ਹੁੰਦਾ ਉਹਦੇ ਵਿੱਚ ਲਿਖਿਆ ਹੁੰਦਾ ਵੀ ਤੁਸੀਂ ਕਿੱਦਣ ਪਹੁੰਚਣਾ ਇੱਥੇ ਬਰਾਤ ਲੈ ਕੇ। ਕਹਿੰਦੇ ਹਰ ਇੱਕ ਜੀਵਨ ਦੇ ਵਿੱਚ, ਹਰ ਇੱਕ ਸਰੀਰ ਵਿੱਚ, ਘਰ ਘਰ, ਹਰ ਇੱਕ ਘਰ ਦੇ ਵਿੱਚ ਇਹ ਸੱਦਾ, ਇਹ ਪੱਤਰ ਪਰਮਾਤਮਾ ਵੱਲੋਂ ਆਉਂਦਾ ਵੀ ਤੁਸੀਂ ਕਿਸ ਦਿਨ ਵਾਪਸ ਮੁੜਨਾ, ਕਦੋਂ ਆਉਣਾ। ਸੱਦੜੇ ਨਿੱਤ ਪਵੰਦ, ਔਰ ਨਿੱਤ ਹੀ ਭੋਚੇ ਆ ਰਹੇ ਨੇ ਹਰ ਰੋਜ਼। ਸੱਦਣ ਹਾਰਾ ਸਿਮਰੀਆ, ਇਸ ਕਰਕੇ ਉਹ ਸੱਦਣ ਵਾਲੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ। ਨਾਨਕ ਸੇ ਦੇ ਅਵਨ, ਉਹ ਦਿਨ ਜੀਵਨ ਵਿੱਚ ਆਉਣ ਆਉਂਦੇ ਹਨ। ਇਹਦਾ ਭਾਵ ਇਹ ਵੀ ਕੱਢਿਆ ਗੁਰਮੁਖਾਂ ਨੇ ਕਿ ਜੇ ਤੂੰ ਉਹਨੂੰ ਸੱਦੇਗਾ, ਸੱਦਣ ਹਾਰਾ ਸਿਮਰੀਆ, ਜੇ ਉਹਦਾ ਸਿਮਰਨ ਕਰੇਗਾ ਤਾਂ ਉਹ ਦਿਨ ਤੇਰੀ ਜ਼ਿੰਦਗੀ ਵਿੱਚ ਜਿਉਂਦੇ ਜੀ ਆ ਜਾਣਗੇ ਕਿ ਪਰਮਾਤਮਾ ਤੈਨੂੰ ਜਿਉਂਦੇ ਨੂੰ ਆਪਣੇ ਘਰ ਵਿੱਚ ਥਾਂ ਦੇ ਦੇ। ਨਾਨਕ ਸੇ ਦੇ ਅਵਨ, ਉਹ ਦਿਨ ਜਿਹਨਾਂ ਵਿੱਚ ਉਹਦੇ ਘਰ ਨਾਲ ਸਾਂਝ ਬਣਦੀ। ਇਸ ਸ਼ਬਦ ਵਿੱਚ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਆਓ ਅਨੰਦ ਸਾਹਿਬ ਬਾਣੀ।